ਕੁੰਡੀ ਨਾ ਕੋਈ ਜਿੱਥੇ ਵਸਣ ਨੇ ਸਾਰੇ ਵਸੋ ਆਪਣਾ ਹੱਥ ਮੰਗਣਾ ਦੇ ਦੇਵਾਂਗੇ ਹੋਏ ਉਹ ਹਿੰਦੂ ਹੁੰਦਾ ਸਾਡੇ ਥੱਲੇ ਹੋਣ ਸਾਡੀ ਬਾਦਸ਼ਾਹੀ ਹੋਣੀ ਇਹ ਹੀ ਉਹ ਮੁਨਾਫਕ ਦਾ ਪੁੱਤਰ ਨੇ ਉਦੋਂ ਟੋਣਾ ਵੱਖਰਾ ਕੀਤਾ ਉਹ ਬਾਬਾ ਕੋਈ ਫਕੀਰ ਤਾਂ ਨਹੀਂ ਨਾ ਹੈਗਾ ਹੈਂ ਪੜ੍ਹਿਆ ਲਿਖਿਆ ਬੰਦਾ ਸੀ ਨਾ ਫਕੀਰ ਤਾਂ ਨਹੀਂ ਹੋਇਆ ਉਹ ਗਲੀ ਗਲੀ ਅੱਲਾ ਤਾਂ ਨਹੀਂ ਸੀ ਹੈਗਾ ਜਿਹਨੂੰ ਪਤਾ ਹੋਵੇ ਫਿਲਮ ਦਾ ਉਹਨੂੰ ਬਸ ਅੱਗੇ ਲਾ ਛੱਡਿਆ ਵਕੀਲ ਸੀ ਸਾਡੇ ਖਲੀਰ ਦੇ ਬੱਚੇ ਨਾ ਇਹਨਾਂ ਨੇ ਉਹ ਟੋਟੇ ਵੱਖਰੇ ਕੀਤੇ ਨੇ ਆਪਣੇ ਰੱਜਣ ਰੁੱਜਣ ਵਾਸਤੇ ਹੁਣ ਲਿਖਿਆ ਕੀ ਕਰਨ ਡਿਆ ਨਾ ਸਾਡੇ ਨਾਲ ਤੂੰ ਕੋਈ ਪੰਚਾਇਤ ਬਿਠਾ ਲਓ ਪੰਚਾਇਤ ਪਹਿਲਾਂ ਮੈਂ ਤੈਨੂੰ ਇੱਕ ਹੀ ਗੱਲ ਦੱਸਣਾ ਕੋਈ ਦੁਨੀਆਂ ਦਾ ਬੰਦਾ ਜਵਾਬ ਦੇ ਦੇ ਤੇਰੇ ਕੋਲ ਮੈਂ ਬੱਤੀ ਦਿਨਾ ਬਿੱਲ ਦਿੰਦਾ ਪਿਆ ਤੈਨੂੰ ਤੂੰ ਬੱਤੀ ਕਿਉਂ ਦੇਣਾ ਗੱਲ ਮੁੱਕ ਦੱਸ ਦੇ ਮੈਂ ਕਿਵੇਂ ਵੀ ਕਰੋ ਕਿੱਥੋਂ ਮਰਜ਼ੀ ਕੇ ਮੈਂ ਤੇਰੀ ਕੁੜੀ ਨੂੰ ਪਹੁੰਚਾ ਦਿਆਂਗਾ ਉੱਥੇ ਵੀ ਤੂੰ ਮੈਂ ਜੋ ਪੈਸੇ ਦੇਣਾ ਤੈਨੂੰ ਬਿੱਲ ਦੇਣਾ ਤੂੰ ਮੈਨੂੰ ਪਤੀ ਕਿਉਂ ਦੇਵੇ ਲੋਡ ਸ਼ੇਡਿੰਗ ਕਰੇ ਤੇਰੀ ਧੀ ਜਿਹੜੀ ਚੱਕਲੇ ਚ ਪਾਉਣੀ ਚਾਹੀਦੀ ਚੌਂਕ 'ਚ ਤੈਨੂੰ ਅਸੀਂ ਪੈਸੇ ਦੇਣੇ ਜਿਹੜਾ ਨਹੀਂ ਦਿੰਦਾ ਕੱਟ ਦਿਓ ਉਹਨੂੰ ਕੋਈ ਨਹੀਂ ਜਿਹੜਾ ਦਿੰਦਾ ਮੈਨੂੰ ਉਹਨੂੰ ਬੱਤੀ ਦਿਓ ਬੁੱਧੀ ਆ ਫਿਰ ਹੋਰ ਮਸ਼ੀਨ ਲਿਆ ਉਹ ਖਿਲਾਰੋ ਗੱਲ ਹੀ ਨਾਲੇ ਮੁੱਕਦੀ ਵੀ ਜਿੰਨੇ ਬੱਤੀ ਦੇਣਾ ਨੂੰ ਤੂੰ ਸਾਨੂੰ ਦੇਣੀ ਹੈ ਤੂੰ ਦੇਣੀ ਤੂੰ ਭੈਣ ਦੇ ਘੁੱਸ ਜੋ ਦੇ ਪਾਵੇ ਇਹਦਾ ਕੋਈ ਹੋਰ ਜਵਾਬ ਦੇ ਤੂੰ ਜਵਾਬ ਦੇ ਤੇਰੇ ਕੋਲ ਅਸੀਂ ਬੱਤੀ ਲੈਂਦੇ ਹਾਂ ਨਹੀਂ ਤਾਂ ਤੂੰ ਮਾਂ ਦੀ ਫੁੱਦੀ ਬਾਰੇ ਅਸੀਂ ਹੋਰ ਕਿਹ ਕੋਲ ਲੈ ਲੈਣੇ ਅਤੇ ਅੱਡੇ ਨਾਲ ਇਸ ਤਰ੍ਹਾਂ ਹੀ ਅਸੀਂ ਕਰਨੀ ਧਰਤੇ ਉੱਥੇ ਨਾ ਅਸੀਂ ਮਲ ਮੁੱਲ ਲੈਣੀਆਂ ਮਸ਼ੀਨਾਂ ਤੁਹਾਨੂੰ ਉੱਥੇ ਅਸੀਂ ਤੜਪਾਉਣਾ ਤੂੰ ਕਿਹਾ ਵੀ ਪੂਰੀ ਕਾਇਨਾਤ ਤੂੰ ਕਿਹਾ ਜਵਾਬ ਦੇਵੇ ਮੈਨੂੰ ਅਤੇ ਅਸੀਂ ਤੈਨੂੰ ਬਿੱਲ ਦਿੰਦੇ ਤੂੰ ਬੱਤੀ ਕਿਉਂ ਦੇਵੇ ਜਿੱਥੋਂ ਮਰਜ਼ੀ ਦੇ ਇਹ ਨਹੀਂ ਸਾਨੂੰ ਬਿੱਲ ਦੇ ਰਹੇ ਜੋ ਕਾਨੂੰਨ ਹੈ ਕੁਦਰਤ ਦਾ ਇਨਸਾਨੀਅਤ ਦਾ ਅਸੀਂ ਤੈਨੂੰ ਬਿੱਲ ਦੇਣ ਡੇ ਤੇਰੀ ਧੀ ਨੂੰ ਤਾਂ ਚੋਦ ਦੇਣਾ ਚਾਹੀਦਾ ਵੀ ਤੂੰ ਸਾਨੂੰ ਤਬਾਹ ਕਰਨ ਡਿਆ ਜਾਣ ਬੁੱਝ ਕੇ ਹੋਰ ਲਿਆ ਮਸ਼ੀਨਾਂ ਉੱਥੇ ਜਦੋਂ ਮਰਜ਼ੀ ਲਿਆ ਤੁਹਾਨੂੰ ਬੱਤੀ ਦੇ ਨਹੀਂ ਦੇ ਸਕਦਾ ਤਾਂ ਉੱਥੇ ਤਾਂ ਤੇਰੀ ਮਾਂ ਦੀ ਪੁੱਤ ਜੀ ਵੜ ਜਾਵਾਂ ਤੇਰੇ ਕਿਉਂ ਬਈ ਹਾਂਜੀ ਬਾਬਾ ਕੀ ਮਜ਼ਾਕ ਬਣਾਇਆ ਸਾਡਾ ਇਹਨਾਂ ਨੇ ਹਾਂਜੀ ਬਾਬਾ ਜੀ ਲੇਡੀ ਸੀ ਬੁੜੀਆਂ ਨੇ ਪੰਚਾਇਤ ਬਿਠਾ ਲਓ ਵੀ ਜਿਸ ਤਰ੍ਹਾਂ ਤੁਸੀਂ ਬਿੱਲ ਵਧਾਉਣ ਲੱਗੋ ਤੇ ਸੂਰਾ ਸਾਰਾ ਕਾਨੂੰਨ ਧਰਮ ਪਰਮ ਕਾਇਨਾਤ ਧਰਮ ਪਰਮ ਹੋ ਗਈ ਉਹਦੇ ਅਸੂਲ ਤੋਂ ਬਾਹਰ ਚਲਾ ਗਿਆ ਤੂੰ ਬੱਤੀ ਤੇ ਬੁਝਾ ਹੀ ਨਹੀਂ ਸਕਦਾ ਹੁਣ ਖਜ਼ਾਨਾ ਉਹ ਕਾਹਦੇ ਵਾਸਤੇ ਉੱਥੋਂ ਵਾਧਾ ਘਾਟਾ ਪੂਰਾ ਕਰ ਜੋ ਵੀ ਕਰਨਾ ਤੂੰ ਸਾਨੂੰ ਬੱਤੀ ਵਧਾਈ ਆ ਮੈਂ ਤੂੰ ਸਾਨੂੰ ਬੱਤੀ ਵਧਾਈ ਆ ਅਸੀਂ ਉਸ ਗੱਲ ਵੀ ਪਹਿਲਾਂ ਕੀਤੀ ਵੀ ਤੂੰ ਬੱਤੀ ਵਧਾਈ ਆ ਉਹ ਤਾਂ ਗੱਲ ਬਾਅਦ ਹੀ ਵੇਖਾਂਗੇ ਨਾ ਉਹ ਤੈਨੂੰ ਸੁਣਾਤੀ ਨਾ ਜਿਹੜੇ ਅਸੀਂ ਕਬਜ਼ਾ ਕਰਾਂਗੇ ਤੁਹਾਡੀਆਂ ਬੱਤੀਆਂ 'ਤੇ ਅਸੀਂ ਆਪੇ ਬਣਾ ਲਾਂਗੇ ਤੂੰ ਬੱਤੀ ਦੇਣ ਦਾ ਜ਼ਿੰਮੇਦਾਰ ਹੈ ਤੇਰੇ ਬਕਾਇਦਾ ਹੈ ਬਸ ਇਹ ਪੂਰੀ ਕਾਇਨਾਤ ਸੁਣਦੀ ਪਈ ਹੈ ਕਿ ਤੂੰ ਸਾਨੂੰ ਬੱਤੀ ਦੇਣਾ ਸਾਡੇ ਤੋਂ ਬਿੱਲ ਲੈਣਾ ਤੂੰ ਬੱਤੀ ਦੇਣ ਦਾ ਤੂੰ ਲੋਡ ਸ਼ੇਡਿੰਗ ਨਹੀਂ ਕਰ ਸਕਦਾ ਲਿਆ ਉਹ ਮਸ਼ੀਨਾਂ ਕਿੱਥੋਂ ਲਿਆ ਕੇ ਬਣਾ ਜਿੱਥੋਂ ਮਰਜ਼ੀ ਖਰੀਦ ਕੇ ਸਾਨੂੰ ਦੇ ਬੜਾ ਯਾਰ ਹੁਣ ਜਿਹੜੀ ਤੈਨੂੰ ਕਿਹਾ ਵੀ ਬੱਤੀ ਵਧਾਉਣਾ ਜਿਹੜਾ ਇਹ ਕਾਨੂੰਨ ਦੇ ਨਾਲ ਹੀ ਚੱਲਦਾ ਸਾਰਾ ਖਾਤਾ ਅੱਲਾ ਦਾ ਵੀ ਜਿੰਨਾ ਵੀ ਇਹ ਕਾਨੂੰਨ 'ਤੇ ਚੱਲਦਾ ਕਾਨੂੰਨ ਹੁੰਦਾ ਜੇ ਆਹ ਗਲਤ ਭਾਈ ਹੈ ਫਿਰ ਬੱਤੀ ਵਧਾ ਦਿੱਤੀ ਫਿਰ ਬੱਤੀ ਵਧਾ ਦਿੱਤੀ ਚਲੋ ਹੁਣ ਤਾਂ ਮੈਂ ਗੱਲ ਹੋ ਗਈ ਇਹਨਾਂ ਵੀ ਤੁਹਾਨੂੰ ਨਾ ਹੁਣ ਪਤਾ ਨਹੀਂ ਕਿਹੜੇ ਵੇਲੇ ਨਾਲ ਅਸੀਂ ਤੁਹਾਡੇ ਗੱਲ ਪੈ ਜਾਂਦੇ ਆਹ ਤੁਹਾਡੀਆਂ ਸਾਰੀਆਂ ਮਸ਼ੀਨਾਂ ਆਹ ਜਿੰਨੇ ਤੁਸੀਂ ਬੜੇ ਨਾ ਤੁਹਾਡਾ ਸਰਮਾਇਆ ਹੈ ਕਿ ਤੁਹਾਡੇ ਤੋਂ ਖੋਵਾਂਗੇ ਤੁਸੀਂ ਯਾਦ ਕਰੋਗੇ ਉਹ ਤੁਹਾਡੇ ਨਾਲ ਹਾਲ ਕਰਾਂਗੇ ਤੁਸੀਂ ਉਹ ਟਗੇ ਟਗੇ ਦੇ ਹੋਇਓ ਤੁਹਾਨੂੰ ਨਹੀਂ ਪਤਾ ਖੁਦਾ ਦੀ ਖੁਦਾਈ ਦਾ ਲੜਾਵ ਖੁਦਾ ਦਾ ਕਿਵੇਂ ਬਹੁਤ ਹੀ ਗਲਤ ਕਰਨ ਲੱਗ ਪਏ ਬਹੁਤ ਜ਼ਿਆਦਾ ਹੀ ਕੋਈ ਥੋੜ੍ਹਾ ਜਿਹਾ ਹੋਇਆ ਵੀ ਹੈ ਇੱਟਾਂ ਲੰਘਾ ਹੀ ਉਹ ਮਹਿੰਗਾਈ ਹੈ ਜੀ ਐਵੇਂ ਮਹਿੰਗਾਈ ਕਰੀ ਜਾਂਦਾ ਜਿਵੇਂ ਮਰਜ਼ੀ ਕਰੀ ਜਾਂਦਾ ਤੇਰੇ ਤਾਂ ਵਜ੍ਹਾ ਤਾਂ ਹੁੰਦੀ ਤੂੰ ਬੱਤੀ ਮਹਿੰਗੀ ਕਰਨਾ ਤਾਂ ਉਹ ਕਰਦੇ
ਦੇਲ ਮਹਿੰਗਾ ਕਰਦਾ ਤੇ ਉਹ ਕਰਦੇ ਰਹੋ ਮਹਿੰਗਾਈ ਤੂੰ ਕਰਨ ਡਿਆ ਤੂੰ ਇਹ ਮੈਂਟਸ ਕਰਨ ਡਿਆ ਤਾਂ ਤੁਹਾਨੂੰ ਕਿੰਨੀ ਵਾਰੀ ਕਹਿਣ ਡਿਆ ਵੀ ਅੱਜ ਦਾ ਲੁੱਟ ਕੇ ਪਏ ਤਾਂ ਖਾਂਦੇ ਪਏ ਨੇ ਉਹਨੂੰ ਰੋਕਣਾ ਜਿਹੜਾ ਗਸ਼ਤੀ ਦਾ ਪੁੱਤਰ ਨਾ ਉਹਦੀ ਧੀ ਨਾ ਚੰਗਾ ਚੰਗਾ ਭਾਅ ਕਰ ਚੌਂਕ 'ਚ ਉਹਨੂੰ ਕੂੜੇ ਪੈਕ ਕਰਨੇ ਚਾਹੀਦੇ ਨੇ ਉਹ ਰੱਖਦਾ ਨਹੀਂ ਜਿੱਥੇ ਤੂੰ ਬੈਠਾ ਜਾ ਘਰ ਨੂੰ ਆ ਜਾ ਉਦੋਂ ਕਿਉਂ ਉਹ ਲਈ ਜਾਂਦੇ ਨਾ ਜੇ ਵੀ ਦੁਨੀਆ ਖੰਡੀ ਹੋ ਗਈ ਆ ਬਾਜ ਲਈ ਜਾਂਦੇ ਉਹਦਾ ਕੋਈ ਜਵਾਬ ਹੀ ਤਾਂ ਦਿਓ ਤੇ ਬਈ ਕਿੱਥੇ ਨਾ ਬੈਠੇ ਹੁਣ ਮੁੰਡਾ ਵਾਲੀ ਗੱਲ ਵੀ ਖਤਮ ਹੋ ਗਈ ਗੱਲ ਹੀ ਕੋਈ ਉਹਨੂੰ ਲਿਖ ਕੇ ਆਪੇ ਸੰਤਾਲੀ ਬਣਾ ਕੇ ਆਪੇ ਆਪਣੇ ਚਲੋ ਕੋਈ ਗੱਲ ਰਹਿ ਗਈ ਤੁਹਾਡੀ ਕੋਈ ਜਿਹੜੀ ਕੋਈ ਕਰਨ ਵਾਲੀ ਆਪਾਂ ਬਕਾਇਆ ਕਰਨੀ ਆ ਹੁਣ ਵੇਖੋ ਫਿਰ ਬਣਦਾ ਕੀ ਇੱਦਾਂ ਖੈਰ ਕਰੇ ਮੈਂ ਨਾ ਕੋਈ ਗੱਲ ਨੀ ਕਰਨ ਵਾਲੀ ਯਾਰ ਫਿਰ ਵੀ ਤੁਸੀਂ ਉਹ ਜਿੰਨਾ ਕਰਜ਼ਾ ਜਿੰਨਾ ਸੂਦ ਜਿਹੜਾ ਨਹੀਂ ਤੁਸੀਂ ਪੂਰਾ ਕਰ ਸਕਦੇ ਤੁਹਾਨੂੰ ਬਾਅਦ ਵੀ ਨਹੀਂ ਪੂਰਾ ਕਰ ਸਕਦੇ ਨਹੀਂ ਕਰ ਸਕਦੇ ਸਾਰਾ ਇੰਨਾ ਕਰਜ਼ਾ ਜ਼ਿਆਦਾ ਖਾ ਲਿਆ ਨਾਲੇ ਜਿਹੜੀ ਅਸੀਂ ਆਉਂਦੇ ਨਾ ਕਿਤੇ ਉਹ ਮਰਦਾਂ ਵਾਲੇ ਵੀ ਨਾ ਇਹਨਾਂ ਤੋਂ ਸ਼ੇਰ ਅਫਜ਼ਲ ਅਫਜ਼ਲ ਭਾਈ ਇਹ ਤੈਨੂੰ ਕੀ ਬਚਾਉਣਾ ਵਿਚਾਰਿਆਂ ਨੇ ਉਹ ਬਚਾਉਣਾ ਹੀ ਹੋਗਾ ਸਾਡੇ ਵਰਗੇ ਵੀ ਸਾਡੀ ਵਾਰੀ ਆਉਣੀ ਆ ਉਹ ਵਾਟਾ ਸਾਹਿਬ ਇਹ ਮਰਦਾਂ ਮੁਰਦਾਂ ਦੇ ਨਹੀਂ ਹੁਣ ਸਭ ਇਹ ਪਤਾ ਨਹੀਂ ਕੌਣ ਲੋਕ ਲੜਕੀ ਨੇ ਉਹ ਆਪਣੀ ਜੇਲ੍ਹ ਵਾਲੇ ਕੁਰਾਨ 'ਚ ਲਿਖੇ ਨਾ ਦਿੱਤੀ ਲੋਕ ਤੂੰ ਸਾਡਾ ਅਸੀਂ ਤੈਨੂੰ ਦੱਸ ਰਿਹਾ ਤੂੰ ਸਾਡਾ ਵੇਖ ਉਂਝ ਉੱਧਰ ਦਾ ਨਾ ਤੂੰ ਤਰੀਕੇ ਇਨਸਾਫ ਕਿਹਦੇ ਪਿਓ ਦੀ ਨਹੀਂ ਤੂੰ ਨਾ ਉਹ ਇਤਲਾਤ ਦਾ ਬਣ ਜਾ ਹਾਂ ਤਰੀਕੇ ਇਨਸਾਫ ਦਾ ਮੈਂ ਇਤਲਾਤ ਸਲਾਹ ਲਿਆ ਕਰ ਬਚ ਗਿਆ ਤੈਨੂੰ ਦੱਸ ਦਿੱਤਾ ਵੀ ਆਹ ਹੋਣ ਲੱਗੀ ਆਪਣਾ ਆਉਣ ਲੱਗਾ ਦੌਰ ਮਰਦਾਂ ਦਾ ਦੌਰ ਆਉਣ ਲੱਗਾ ਮਰਦਾਂ ਨੂੰ ਇਜਾਜ਼ਤ ਮਿਲਣ ਲੱਗੀ ਇੱਕ ਫੜ ਲਓ ਜਿਹੜਾ ਚਿੱਤਰ ਫਿਰ ਇਹਨੇ ਮੰਮੀ ਡੈਡੀ ਦਾ ਚਵਲਾ ਜਿਹਾ ਸਾਰਿਆਂ ਨੂੰ ਪੁੱਛਾਂਗਾ ਹੁਣ ਬਹਿ ਗਏ ਨੇ ਸਾਰੇ ਵੇਖ ਲਓ ਉੱਥੇ ਕੋਈ ਕੀਤਾ ਇੰਨੇ ਦਿਨ ਹੋ ਗਏ ਨੇ ਉਹ ਜਿਹੜੇ ਬਹਿ ਨੇ ਉਹ ਵੀ ਰਲ ਗਏ ਉਹਨਾਂ ਨੂੰ ਨਾਲ ਹੀ ਉਹ ਵੀ ਆਉਂਦੇ ਨੇ ਇਹੀ ਉਹ ਸੀਟਾਂ ਚੱਕਣੀਆਂ ਵਾਹ ਲੱਭ ਦੀਆਂ ਹਿਸਾਬ ਨਾ ਹੋਵੇ ਤਾਂ ਕੇਕ ਨਹੀਂ ਚੱਲਦੀ ਚੁਲਦੀ ਮੈਨੂੰ ਨਜ਼ਰ ਆਉਂਦੀ ਕਹੋ ਜੇ ਤੁਸੀਂ ਚਲਾ ਲਓ ਥੋੜ੍ਹੇ ਦਿਨ ਕੋਈ ਗੱਲ ਨਹੀਂ ਆ ਫੜ ਵੇ ਵਿਗੜ ਵਾਲਾ ਤਾਂ ਰੌਲਾ ਪੈ ਗਿਆ ਯਾਰ ਅਗਲਾ ਜਾਣ ਲੈਬ ਅਗਲਾ ਜਾਣ ਉਹ ਸਾਨੂੰ ਵਹਿੰਦੇ ਪੈਸੇ ਸ਼ਹੀਦ ਨੇ ਨਾ ਜਿੰਨੇ ਆ ਬਾਬੇ ਨੇ ਸਾਰੇ ਜਿੰਦਾ ਨੇ ਨਵੀਂ ਅਲੀ ਅੱਲਾ ਜਿੰਨੇ ਸਭ ਜਿੰਦਾ ਉਹ ਆ ਜਦੋਂ ਫਿਲਮ ਬਜ਼ਾਰ ਹੋ ਜਾਂਦਾ ਇਹਦੇ ਵਿੱਚੋਂ ਨਿਕਲਣਾ ਪੈਂਦਾ ਨਾ ਟਾਈਮ ਲਿਖਿਆ ਹੁੰਦਾ ਨਾ ਇੰਨੇ ਵਜੇ ਤੇਰਾ ਨਾ ਫਿਲਮ ਚੋਂ ਤੇਰਾ ਫਟ ਗਿਆ ਫਿਰ ਉਹ ਬਾਹਰ ਕੱਢ ਦਿੰਦਾ ਉਹ ਰੂਹ ਜੇ ਸ਼ਹੀਦ ਹੋਵੇ ਤਾਂ ਉਹ ਰੂਹ ਜਿੰਦਾ ਫਿਰਦੀ ਫਿਰ ਅਗਲਾ ਜਾਨ ਦੀ ਵੜ ਗਈ ਉੱਥੇ ਇਹੀ ਜੇ ਇੱਥੇ ਕਿੱਸਾ ਹੀ ਮਜ਼ਾ ਉੱਥੇ ਵੇਖਣ ਜਿੰਨਾ ਮਜ਼ਾ ਹੀ ਨੜਿਨਵੇਂ ਠੀਕ ਹੈ ਅਗਲੇ ਜਾਨ ਅੱਲਾ ਦੇ ਘਰ 'ਚ99% ਵੇਖਣ ਹੋਰਾਂ ਨੂੰ ਵੇਖੇਗਾ
ਬੰਦਿਆਂ ਨੂੰ ਬਾਬਿਆਂ ਨੂੰ ਸਾਰੇ ਜਿਹੜੇ ਨਦੀ ਸੋਹਣੇ ਸੋਹਣੇ ਤੂੰ ਵੇਖੇ ਨਾ ਤੈਨੂੰ ਮਜ਼ਾ ਆਏਗਾ ਇਸ ਤੋਂ ਮੇਰੇ ਨਵੇਂ ਹਿੱਸੇ ਵੱਧ ਮਜ਼ਾ